बसमिल्ला रखमानु रही तमाम दोस्त मेरे भाई मेरे चाहने असलामकम उम्मीद है सब दोस्त खैरियत में होंगे तो भाई मेरे पंद्रह सौ बौंठ में ड्रा प्ले करना है कराची शहर का डराज साल की दूसरी पट्टी तेरह कत्ती पैंती के थले करना है नब्बे जीरो दो छियासी के सामने साल की दूसरी पट्टी अपना ड्राप्ले करना है 15 ਤਰੀਕ ਪੰਜਵਾਂ ਮਹੀਨਾ ਸੰਨ 2024 ਨੂੰ ਜਿਹੜਾ ਡਰਾ ਹੋਣਾ ਹੈ ਨਾ ਉਹਦੇ ਵਾਸਤੇ ਅੱਜ ਦੀ ਵੀਡੀਓ ਬੜੀ ਪਿਆਰੀ ਬਹੁਤ ਹੀ ਜ਼ਬਰਦਸਤ ਆਪਣੇ ਦੋਸਤਾਂ ਨਾਲ ਸ਼ੇਅਰ ਕਰਨੀ ਇਨਸ਼ਾਅੱਲਾ ਮੇਰੇ ਦੋਸਤਾਂ ਨੂੰ ਪਸੰਦ ਆਸੀ ਕੋਸ਼ਿਸ਼ ਕਰਿਆ ਕਰੋ ਭਾਈ ਵੀਡੀਓ ਪੂਰੀ ਵੇਖਿਆ ਕਰੋ ਰੂਟੀਨ ਅੱਛੀ ਲੱਗੇ ਪਸੰਦ ਆਵੇ ਲਾਈਕ ਕਰਿਆ ਕਰੋ ਜੋ ਦੋਸਤ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਲਾਜ਼ਮੀ ਕਰ ਲੋ ਤਾਂ ਕਿ ਸਾਡੇ ਨਵੀਂ ਵੀਡੀਓ ਆਵੇ ਮੇਰੇ ਦੋਸਤ ਮੇਰੇ ਭਾਈਆਂ ਤੱਕ ਪਹੁੰਚੇ ਯਾਰ ਸਿੰਗਲ ਓਪਨ ਦੋ ক্লোਜ਼ ਤੇ ਸਿੰਗਲ ਸੈਂਟਰ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਹੈ ਅੱਜ ਦੀ ਵੀਡੀਓ ਦੇ ਵਿੱਚ ਬੜੇ ਪਿਆਰੇ ਐਂਗਲ ਦੇ ਨਾਲ ਔਰ ਇਸ ਤੋਂ ਬਾਅਦ ਜਿਹੜੀ ਵੀਡੀਓ ਲੱਗੇਗੀ ਨਾ ਬੜਾ ਬਹੁਤ ਬੜਾ ਸੈਟ ਬਹੁਤ ਬੜਾ ਸੈਟ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗੇ ਇਨਸ਼ਾਅੱਲਾ ਮੇਰੇ ਦੋਸਤਾਂ ਨੂੰ ਪਸੰਦ ਆਸੀ ਤਵੱਜੂ ਨਾਲ ਵੀਡੀਓ ਵੇਖਣੀ ਇਨਸ਼ਾਅੱਲਾ ਬੜਾ ਪਿਆਰਾ ਸੈਟ ਜਿਹੜਾ ਅੱਜ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨ ਲੱਗਾ ਐ ਯਾਰ ਨਾ 1500 ਬੌਂਡ ਦੇ ਸਾਲ ਦੀ ਪਹਿਲੀ ਪੱਟੀ ਤੇ ਨੌ ਦਾ ਛਟਾ ਫਿੰਗਰ ਲੱਗ ਜਾਵੇ ਤੇ ਇਹੀ ਜਾ ਕੇ ਕਲੋਜ਼ ਲੱਗ ਜਾਵੇ ਇਹੋ ਜਾ ਕੇ ਓਪਨ ਲੱਗ ਜਾਵੇ ਆ ਭਾਈ ਮੇਰੇ ਨਾ 1500 ਬੌਂਡ ਦੇ ਵਿੱਚ 9 ਦਾ ਛਟਾ ਫਿੰਗਰ ਲੱਗ ਜਾਵੇ। ਇਹੀ ਜਿੱਥੇ ਕਲੋਜ਼ ਲੱਗ ਜਾਵੇ 40000 ਬੌਂਡ 'ਚ ਇਹੀ ਜਾ ਕੇ ਓਪਨ 200 ਬੌਂਡ ਦੀ ਪਹਿਲੀ ਪੱਟੀ ਤੇ ਓਪਨ ਲੱਗ ਜਾਵੇ। ਇਹ ਸਾਲ ਦੀ ਪਹਿਲੀ ਪੱਟੀ ਦੀ ਕਹਾਣੀ ਹੈ ਜੀ। ਬੜਾ ਪਿਆਰਾ ਸੈੱਟ ਹੈ ਬੜੀ ਤਵੱਜਹ ਨਾਲ ਵੇਖਣਾ ਮੇਰੇ ਦੋਸਤਾਂ ਨੇ। ਫਿਰ ਆ ਕੇ ਕਾਫੀ دیر ਬਾਅਦ ਇਹ ਤੀਸਰਾ ਤੇ ਸੈੱਟ ਲੱਗਾ ਖਲਾ ਯਾਰ ਬੜਾ ਪਿਆਰਾ ਸੈੱਟ ਹੈ। ਪਿਛੇ ਇਹਨੇ ਬੜਾ ਕੁਝ ਪੂਰਾ ਕੀਤਾ ਹੈ। ਅਗਰ ਮੈਂ ਉਹ ਸਾਰਾ ਕੁਝ ਵਖਾਵਾਂਗਾ ਤਾਂ ਇਹ ਵੀਡੀਓ ਬੜੀ ਲੰਮੀ ਹੋ ਜਾਵੇਗੀ ਮੇਰੀ ਕੋਸ਼ਿਸ਼ ਏ ਐ ਜਨਾਬਨਾ ਦੁਬਾਰਾ ਆ ਕੇ 1500 ਬੌਂਡ ਦੇ ਵਿੱਚ ਛਟਾ ਫਿੰਗਰ ਲੱਗਿਆ ਇਹ ਛਟਾ ਫਿੰਗਰ ਲੱਗ ਜਾਵੇ ਇਹੀ ক্লোਜ਼ ਲੱਗ ਜਾਵੇ ਤੇ ਇਹੀ 200 ਬੌਂਡ ਦੇ ਵਿੱਚ ਓਪਨ ਲੱਗ ਜਾਵੇ ਇਹ ਲੱਗ ਗਿਆ ਯਾਰ تیسਰੀ ਹਰਕਤ ਨੇ ਇਹ ਕੀਤੀ ਯਾਰ ਕਿ ਇਹ ਛਟਾ ਫਿੰਗਰ ਲੱਗਾ ਸਾਲ ਦੀ ਪਹਿਲੀ ਪੱਟੀ ਤੇ 9 ਦਾ ਇਹੀ ক্লোਜ਼ ਲੱਗਿਆ ਇਹੋ ਜਾ ਕੇ ਅੱਗੇ ਓਪਨ ਲੱਗਿਆ ਯਾਰ 9 ਦਾ ਔਰ ਸਾਲ ਦੀ ਪਹਿਲੀ ਪੱਟੀ ਤੇ 9 ਦਾ ਓਪਨ ਲੱਗੇ ਸਿਰਫ ਤਿੰਨ ਵਾਰੀ ਇਹ 200 ਬੌਂਡ ਵਿੱਚ ਔਰ ਇਸੇ ਕਾਨੀ ਇਸੇ ਸੈੱਟ ਦੇ ਨਾਲ ਹੀ ਲੱਗਿਆ ਕਿ ਛਟਾ ਫਿੰਗਰ 9 ਦਾ ਇਹੀ ਕਲੋਜ਼ ਇਹੀ ਓਪਨ ਫਿਰ ਆ ਕੇ ਦੁਬਾਰਾ ਜਦੋਂ ਲੱਗਿਆ ਇਹ ਛਟਾ ਫਿੰਗਰ 9 ਦਾ ਇਹੀ ਕਲੋਜ਼ ਇਹੀ ਓਪਨ ਫਿਰ ਛਟਾ ਫਿੰਗਰ 9 ਦਾ ਲੱਗਿਆ ਇਹੀ ਕਲੋਜ਼ ਇਹੀ ਓਪਨ ਯਾਰ ਇਹਨੇ ਪੂਰਾ ਸੈੱਟ ਕੀਤਾ ਨੇ ਕਿ ਸਭ ਤੋਂ ਪਹਿਲੀ ਇਹਦਾ ਸੈੱਟ ਏ ਸੀ ਯਾਰ ਕਿ ਇਹਨੇ ਇੱਕ ਫੈਮਿਲੀ ਦਾ ਥੱਲੇ ਆਕੜਾ ਲਾਣਾ ਸੀ 40000 ਬੌਂਡ ਵਿੱਚ ਉਤਲੇ ਸੈਂਟਰ ਦੀ ਬਾਕੀ ਥੱਲੇ ਸੈਂਟਰ ਲਾਉਣਾ ਸੀ ਇਹ ਸੈਂਟਰ ਦੀ ਬਾਕੀ ਅੱਗੇ ਜਾ ਤੇ ਸੈਂਟਰ ਲੱਗਣਾ ਸੀ ਔਰ ਇਹਦੇ ਮੈਂ ਸੈਟ ਅਖਾ ਰਿਹਾ ਆਪਣੇ ਦੋਸਤਾਂ ਨੂੰ ਫਿਰ ਲੱਗਾ ਯਾਰ ਇੱਕ ਫੈਮਿਲੀ ਦਾ ਆਕੜਾ ਇੱਕ 6 ਨੇ ਆਕੜਾ ਬਣਾਉਣਾ ਸੀ ਆ ਰਿਹਾ ਲੱਗਿਆ ਉਤਲੇ ਸੈਂਟਰ ਦੀ ਬਾਕੀ ਥੱਲੇ ਸੈਂਟਰ ਲਗਣੀ ਸੀ ਅੱਗੇ ਜਾ ਕੇ ਇਸ ਸੈਂਟਰ ਦੀ ਬਾਕੀ ਸੈਂਟਰ 200 ਬਾਉਂਸ ਲਗਣੀ ਸੀ ਇਹ ਲੱਗੀ ਯਾਰ ਇਹ ਸੈਟ ਮੈਂ ਪਹਿਲੇ ਵੀ ਲਾਇਆ ਹੋਇਆ ਹੈ ਐ ਲੱਗਿਆ ਯਾਰ ਐ ਨੋ ਲੱਗਿਆ ਅੱਗੇ ਫਿਰ ਨੋ ਓਪਨ ਲੱਗਿਆ ਇਹਦੇ ਥੱਲੇ 16 ਹੀ ਕਾਰਡ ਦਾ ਅਕੜਾ ਲੱਗਣਾ ਸੀ ਮੈਂ ਤੇ 16 ਦਾ ਅਕੜਾ ਦਿੱਤਾ ਹੋਇਆ ਸੀ ਤੇ 6 ਦੀ ਬਾਕੀ 16 6 ਦੀ ਪੈਕਟ ਦਿੱਤੀ ਸੌਰੀ 16 6 ਦੀ ਪੈਕਟ ਦਿੱਤੀ ਸੀ ਮੇਰੇ ਦੋਸਤਾਂ ਨੂੰ ਪਤਾ ਹੈ ਕਿ ਉਥਲੇ ਸੈਂਟਰ ਦੀ ਬਾਕੀ ਥੱਲੇ ਸੈਂਟਰ ਲੱਗਣਾ ਹੈ ਤੇ ਫਿਰ ਅੱਗੇ 200 ਬੌਂਡ ਦੇ ਵਿੱਚ ਇਹ ਸੈਂਟਰ ਦੀ ਬਕਾਇਆ ਹੀ ਸੈਂਟਰ ਲੱਗਣਾ ਸੀ ਤੇ ਇਹ ਲੱਗਿਆ ਯਾਰ ਅੱਜ ਇਹਦੀ ਸੇਮ ਪੱਟੀ ਤੇ 15 ਦਿਨ ਇੱਕ ਡਰਾ ਪਹਿਲੇ ਸੇਮ ਪੱਟੀ ਇੱਕ ਡਰਾ ਪਹਿਲੇ ਸੀ ਇੱਥੇ ਡਰਾ ਕਰਨਾ ਹੈ ਤਵੱਜੂ ਕਰਨੀ ਮੇਰੇ ਦੋਸਤਾਂ ਨੇ ਜਦੋਂ ਯਾਰ ਇਹ ਪਹਿਲੀ ਦਫਾ ਸੈੱਟ ਲੱਗਿਆ ਨਾ ਐ ਲੱਗਿਆ ਇੱਕ ਫੈਮਿਲੀ ਦਾ ਆਕੜਾ 61 ਦਾ ਇੰਦੀ ਸੇਮ ਪੱਟੀ ਇੱਕ ਡਰਾ ਪਹਿਲੇ ਸੀ ਡਰਾ ਕਰਨਾ ਸੀ 1500 ਬੌਂਡ ਦੇ ਵਿੱਚ ਤੋਂ ਓਪਨ ਕੱਲਾ ਹੀ 5 ਦਾ ਲੱਗਣਾ ਸੀ ਯਾਰ ਤੇ ਇਹ ਲੱਗ ਜਾਂਦਾ ਹੈ ਪੰਜਾ ਓਪਨ ਫਿਰ ਆ ਕੇ ਯਾਰ ਜਦੋਂ ਦੁਬਾਰਾ ਸੈੱਟ ਬਣਿਆ ਐ 61 ਦਾ ਆਕੜਾ ਇੰਦੀ ਸੇਮ ਪੱਟੀ ਇੱਕ ਡਰਾ ਪਹਿਲੇ ਸੀ ਡਰਾ ਕਰਨਾ ਸੀ ਇਹ 5 ਦਾ ਓਪਨ ਸਿਰ ਲੱਗ ਜਾਂਦਾ ਯਾਰ ਅੱਜ ਯਾਰ 33 ਰਾਤ ਤੇ ਸੈੱਟ ਲੱਗਿਆ ਖੜਾ ਕਹਿੰਦਾ ਕਿ ਐ ਇੱਕ ਫੈਮਿਲੀ ਦਾ ਆਕੜਾ ਵੀ ਲੱਗਿਆ ਔਰ ਪੂਰੀਆਂ ਸ਼ਰਤਾਂ ਕਰ ਤੇ ਖੜਾ ਹੈ ਕਹਿੰਦਾ ਕਿ ਕਿੰਦੀ ਸੇਮ ਪੱਟੀ ਤੇ ਆਓ ਬੈਕ ਇੱਕ ਡਰਾ ਪਹਿਲੇ ਡਰਾ ਕਰਨਾ ਤੇ ਸਿੰਗਲ ਪੰਜ ਦਾ ਓਪਨ ਲਾਓ ਰੂਟ ਦੇ ਮੁਤਾਬਕ ਓਪਨ ਆਪਣੇ ਕੋਲੇ ਕੀ ਹੈ ਸਿੰਗਲ ਪੰਜ ਦਾ ਇਹ ਸੈੱਟ ਕਹਿ ਰਿਹਾ ਕਿ ਸਿੰਗਲ ਓਪਨ ਪੰਜ ਦਾ ਪਲੇ ਕਰੋ ਔਰ ਪੈਕਟ ਦੋ ਨੇ ਯਾਰ ਦੋ ਆਕੜੇ ਨੇ ਕੱਲਾ ਸੈਂਟਰ ਇੱਕ ਕੱਲਾ ਓਪਨ ਹੈ ਆਕੜੇ 2 ਨੇ ਯਾਰ ਓਪਨ ਵੀ ਸਿੰਗਲ ਏ ক্লোਜ਼ 2 ਨੇ ਤੇ ਸੈਂਟਰ ਸਿੰਗਲ ਇੱਕ ਏ ਯਾਰ ਜਦੋਂ ਪਹਿਲੀ ਦਫਾ ਲੱਗਿਆ ਨਾ ਜਦੋਂ ਇਹਦੀ ਸੇਮ ਪੱਟੀ ਇੱਕ ਡਰਾ ਪਹਿਲੇ ਸੀ ਡਰਾ ਕਰਨਾ ਸੀ ਤੇ ਇਹਨੇ ক্লোਜ਼ ਲਾਇਆ 6 ਦਾ 56 ਦਾ ਆਕੜਾ ਤਵੱਜੂ ਕਰਨੀ ਮੇਰੇ ਦੋਸਤਾਂ ਨੇ 56 ਦਾ ਆਕੜਾ ਦੁਬਾਰਾ ਯਾਰ ਜਦੋਂ ਇਹ ਸੈੱਟ ਲੱਗਿਆ ਇਹਦੀ ਸੇਮ ਪੱਟੀ ਨੇ ਆਕੜਾ ਲਾਇਆ 51 ਦਾ ਇੱਕ 6 ਦਾ ক্লোਜ਼ ਤੇ ਕੱਲਾ 5 ਦਾ ਓਪਨ ਅੱਜ ਯਾਰ ਫਿਰ ਲੱਗਿਆ ਖਲਾ ਕਹਿੰਦਾ ਕਿ ਇਹਦੀ ਇੱਥੇ ਸੀ ਡਰਾ ਕਰਨਾ ਐਸ ਦੇ ਵਿੱਚੋਂ ਹੀ ਇਹਨੇ ਕਲੋਜ਼ ਲੈਣੇ ਆ ਦੇਖੋ ਯਾਰ ਐਸੀ 6 ਇੱਕ ਦਾ ਕਲੋਜ਼ ਲੱਗਣਾ ਸੀ ਤੇ ਇਹ ਲੱਗਿਆ 5 ਦੇ ਓਪਨ ਨਾਲ ਫਿਰ ਯਾਰ ਇੱਕ 6 ਦਾ ਕਲੋਜ਼ ਹੀ ਲੱਗਣਾ ਸੀ ਯਾਰ ਇਹ ਲੱਗਿਆ 5 ਨਾਲ ਹੀ ਅੱਜ ਵੀ ਯਾਰ ਕਹਿੰਦਾ 5 ਦਾ ਓਪਨ ਲੱਗੇ ਤੇ ਇੱਕ 6 ਦਾ ਕਲੋਜ਼ ਲੱਗੇ 96 ਤੇ ਇੱਕ ਸੌਰੀ 56 ਤੇ 52 ਦੋ ਅਕੜੇ ਨੇ ਅਗਰ ਮੇਰੇ ਦੋਸਤਾਂ ਦੀ ਸਮਝ ਆਵਣਾ ਇਹਦੀ ਸੇਮ ਪੱਟੀ 5 ਦਾ ਓਪਨ ਇੱਕ 6 ਦਾ ਕਲੋਜ਼ ਫੇਰ ਯਾਰਾਂ ਦੀ ਸੇਮ ਪੱਟੀ 5 ਦਾ ਓਪਨ 1 6 ਦਾ ਕਲੋਜ਼ ਅੱਜ ਵੀ ਯਾਰ ਕਹਿੰਦਾ ਹੈ ਕਿ ਇਹਦੀ ਸੇਮ ਪੱਟੀ 5 ਦਾ ਓਪਨ ਤੇ 1 6 ਦਾ ਕਲੋਜ਼ ਇਹ 56 ਤੇ 51 ਦੋ ਹੀ ਆਕੜੇ ਨੇ ਯਾਰ ਇਹ ਦੋ ਕਲੋਜ਼ ਨੇ ਸਿੰਗਲ ਓਪਨ ਹੈ ਤੇ ਸਿੰਗਲ ਸੈਂਟਰ ਹੈ ਆਪਣੇ ਦੋਸਤਾਂ ਨਾਲ ਜਿਹੜਾ ਸ਼ੇਅਰ ਕਰਨਾ ਹੈ ਇਹ ਯਾਰ ਇੱਕ 56 ਦਾ ਆਕੜਾ ਹੈ ਇੱਕ 51 ਦਾ ਆਕੜਾ ਹੈ ਪਾਵਰਫੁੱਲ ਸੈੱਟ ਦੇ ਮੁਤਾਬਕ 56 ਦਾ ਬਣਦਾ ਜੀ ਉਹਦੀ ਵਜ੍ਹਾ ਸੁਣ ਲੋ ਕਿ ਪਹਿਲੇ ਲੱਗੀ 56 2 ਦੀ ਪੈਕਟ ਸੈਂਟਰ ਕੱਲਾ ਹੀ 2 ਦਾ ਨਾਲ 5 ਦਾ ਓਪਨ ਤੇ ਸੈਂਟਰ 2 ਦਾ 1 6 ਦਾ ਕਲੋਜ਼ ਇਹ ਪੂਰੀ ਪੈਕਟ ਯਾਰ ਕੰਪਲੀਟ ਹੋ ਜਾਂਦੀ ਪਹਿਲੀ ਦਫਾ ਜਦੋਂ ਐਂਗਲ ਸਾਰੇ ਕਲੀਅਰ ਕਰਕੇ ਨਾ 56 2 ਦੀ ਪੈਕਟ ਲੱਗ ਜਾਂਦੀ ਦੁਬਾਰਾ ਆ ਕੇ ਯਾਰ ਜਦੋਂ ਸੈੱਟ ਲੱਗਦਾ ਨਾ 51 2 ਦੀ ਪੈਕਟ ਲੱਗ ਜਾਂਦੀ ਚੌਥਾ ਫਿੰਗਰ ਵੀ ਆਪਣੇ ਦੋਸਤਾਂ ਨੂੰ ਦੱਸਾਂਗਾ ਲੇਕਿਨ ਉਹ ਮੈਂ ਇੱਥੇ ਲਿਖਾਂਗਾ ਨਹੀਂ ਤੇ ਲਾਵਾਂਗਾ ਵੀ ਨਹੀਂ ਦੱਸ ਦੇਵਾਂਗਾ ਤੁਸੀਂ ਵੀਡੀਓ ਸੁਣਨੀ ਹੈ ਇਹ ਯਾਰ ਨਾ 1 51 2 ਦੀ ਪੈਕਟ ਨੇ ਲਾਤੀ ਓਪਨ 5 ਦਾ ਸੈਂਟਰ 2 ਦਾ ਇਹ ਓਪਨ 5 ਦਾ ਤੇ ਸੈਂਟਰ 2 ਦਾ ਅੱਜ ਵੀ ਕਹਿੰਦਾ ਹੈ ਕਿ ਓਪਨ 5 ਦਾ ਤੇ ਸੈਂਟਰ 2 ਦਾ ਇਹ ਵੇਖੋ ਯਾਰ ਜਦੋਂ ਪਹਿਲੀ ਦਫਾ ਇਹਨੇ ਕਲੋਜ਼ ਲਾਇਆ ਉਥਲੇ ਕਲੋਜ਼ ਨਾਲ ਫਰਕ ਕਿੰਨਾ ਬਣਾਇਆ ਨੇ 3 6 ਦਾ ਕਲੋਜ਼ ਲਾ ਕੇ ਇਹ ਉੱਤੇ ਕਲੋਜ਼ 4 ਸੀ ਥੱਲੇ 1 ਦਾ ਲਾਇਆ ਫਰਕ ਫਿਰ 3 ਕਲੋਜ਼ ਤੇ ਉਥਲੇ ਕਲੋਜ਼ ਦੋਨਾਂ ਕਲੋਜ਼ਾਂ ਦਾ ਅੱਜ ਯਾਰ ਇੱਥੇ ਫਰਕ ਇਹ 3 ਲੱਗਿਆ ਖਲਾ 3 ਦੇ ਨਾਲ ਅਸੀਂ ਉਹ ਕਲੋਜ਼ ਲਾਣਾ ਜਿੰਦਾ ਫਰਕ 3 ਬਣ ਜਾਵੇ ਇਸੇ ਕੱਲਾ 6 ਦਾ ক্লোਜ਼ ਲੱਗਦਾ ਹੈ ਤਾਂ ਮੈਂ ਆਪਣੇ ਦੋਸਤਾਂ ਨੂੰ ਕਿਹਾ ਕਿ ਸਿੰਗਲ ਜਿਹੜਾ ਨਾ 56 ਦਾ ਅਕੜਾ ਲੱਗਣਾ ਚਾਹੀਦਾ ਹੈ ਰੂਲ ਦੇ ਮੁਤਾਬਕ ਤੇ ਸੈਂਟਰ ਕੱਲਾ ਹੀ 2 ਲੱਗਣਾ ਚਾਹੀਦਾ ਹੈ ਇਹਨਾਂ ਦੋ ਪੈਕਟਾਂ ਦੇ ਨਾਲ ਨਾ ਸੈਂਟਰ ਸਿੰਗਲ 2 ਦੋਦ ਹੈ ਅਗਰ ਕਿਸੇ ਦੋਸਤ ਦੀ ਸਮਝ ਆਵੇ ਤੇ ਇਹ ਦੋ ਪੈਕਟਾਂ ਚੋਂ ਪੈਕੇਟ ਪਲੇ ਕਰਨੀ ਹੈ ਅਦਰਵਾਈਜ਼ ਇਗਨੋਰ ਕਰ ਦੇਣਾ ਛੋੜ ਦੇਣਾ 5 ਦਾ ਓਪਨ 2 ਦਾ ਸੈਂਟਰ ਉੱਤਲੇ ক্লোਜ਼ ਤੇ ਥੱਲੇ ਵਾਲੇ ক্লোਜ਼ ਦਾ ਫਰਕ 3 ਐ 55 3 ਦੀ ਪੈਕੇਟ ਪਹਿਲੀ ਦਫਾ ਫਿਰ ਆਕੇ ਯਾਰ ਜਦੋਂ ਇਹ ਸੈੱਟ ਲੱਗਿਆ ਸੇਮ ਪੱਟੀ ਇੱਥੇ ਸੀ ਡਰਾ ਕਰਨਾ ਸੀ ਓਪਨ 5 ਦਾ ਸੈਂਟਰ 2 ਦਾ ਉਤਲੇ ক্লোਜ਼ ਥੱਲੇ ਵਾਲੇ ক্লোਜ਼ ਦਾ ਫਰਕ 3 ਆਜੀ ਯਾਰ ਇਹ ਲੱਗ ਚੁਕਿਆ ਐ ਇੱਥੇ ਕਹਿੰਦਾ 5 ਦਾ ਓਪਨ ਤੇ 2 ਦਾ ਸੈਂਟਰ ਲਾਵੋ ਤੇ ਉਥਲੇ ক্লোਜ਼ ਨਾਲ ਥੱਲੇ ক্লোਜ਼ ਦਾ ਫਰਕ ਤਿੰਨ ਲਾਵੋ ਸਿੰਗਲ 6 ਦਾ ক্লোਜ਼ ਬਣਦਾ ਯਾਰ ਇਹ ਦੋ ਪੈਕਟਾਂ ਨੇ ਕਿਸੇ ਦੋਸਤੀ ਸਮਝ ਆ ਜਾਵਣ ਤੈਨੂੰ ਪਲੇ ਕਰਨਾ ਹੈ ਅਦਰਵਾਈਜ਼ ਗਨੋਰ ਕਰ ਦੇਣਾ ਛੋੜ ਦੇਣਾ ਮੇਰੇ ਘਰ ਮੈਂ ਰੂਟ ਦੇ ਮੁਤਾਬਕ ਜੋ ਚੀਜ਼ ਨਿਕਲੀ ਆਪਣੇ ਦੋਸਤਾਂ ਦੇ ਸਾਹਮਣੇ ਰੱਖ ਦਿੱਤੀ ਹੈ ਉਮੀਦ ਹੈ ਮੇਰੇ ਦੋਸਤਾਂ ਨੂੰ ਸੈੱਟ ਅੱਛਾ ਵੀ ਲੱਗਿਆ ਹੋਵੇਗਾ ਪਸੰਦ ਵੀ ਆਇਆ ਹੋਵੇਗਾ ਔਰ ਇਸ ਤੋਂ ਬਾਅਦ ਦੀ ਵੀਡੀਓ ਬੜੀ ਪਿਆਰੀ ਬਹੁਤ ਹੀ ਜ਼ਬਰਦਸਤ ਬਹੁਤ بڑے ਸੈੱਟ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਬਹੁਤ بڑا ਸੈੱਟ ਚੌਥਾ ਫਿੰਗਰ ਕਿਵੇਂ ਲੱਗਦਾ ਆਂਦਾ ਹੈ ਇਹ ਵੀ ਮੈਂ ਆਪਣੇ ਦੋਸਤਾਂ ਨੂੰ ਦੱਸ ਦੇਵਾਂ ਐ ਯਾਰ ਇਨੇ ਪਹਿਲੇ ਲਾਇਆ 25 ਦਾ ਬੈਕ ਉਸ ਤੋਂ ਬਾਅਦ ਇਹਨੇ ਲਾਇਆ 24 ਦਾ ਬੈਕ ਅੱਜ ਬੈਕ ਆਖੜਾ ਇੱਥੇ 23 ਦਾ ਲੱਗ ਸਕਦਾ ਜੇ ਉਹਦੀ ਵਜ੍ਹਾ ਇਹਨੇ ਪੰਜ ਦਾ ਓਪਨ ਤਿੰਨ ਫਰਕ ক্লোਜ਼ ਦੋ ਦਾ ਸੈਂਟਰ ਚੌਥਾ ਫਿੰਗਰ ਪੰਜ ਦਾ ਫਿਰ ਇਹਨੇ ਸੈੱਟ ਉਹੀ ਬਣਾ ਕੇ ਪੰਜ ਦਾ ਓਪਨ ਦੋ ਦਾ ਸੈਂਟਰ ਉੱਤੇ ਫਰਕ ਤਿੰਨ ਚੌਥਾ ਫਿੰਗਰ ਚਾਰ ਦਾ ਪਹਿਲੇ ਪੰਜ ਦਾ ਫਿਰ ਚਾਰ ਦਾ ਅੱਜ ਵੀ ਕਹਿੰਦਾ ਕਿ ਯਾਰ ਪੰਜ ਦਾ ਓਪਨ 6 ਦਾ ক্লোজ 2 ਦਾ ਸੈਂਟਰ ਤੇ 3 ਦਾ ਚੌਥਾ ਫਿੰਗਰ ਇਹ ਬਣਦੀ ਹੈ ਜੀ 5623 ਦੀ ਪੀਸੀ ਅਗਰ ਕਿਸੇ ਦੋਸਤੀ ਸਮਝ ਆ ਜਾਵੇ ਤੇ ਇਹਦੇ ਨਾਲ ਐਪੀਸੀ ਪਲੇ ਕਰ ਲਿਆ ਜੇ ਸੈਕਿੰਡ ਫਰਸਟ ਇੱਕ ਪੀਸੀ ਯਾਰ ਅਗਰ ਕਿਸੇ ਦੋਸਤੀ ਸਮਝ ਆਵੇ ਤਾਂ ਨਾਵੇ ਤਾਂ ਇਗਨੋਰ ਕਰ ਦੇ ਜੇ ਮੈਂ ਤਾਂ ਐ ਹੀ ਫੇਵਰੇਟ ਕਰਾਂਗਾ ਕਿਉਂਕਿ ਫਰਕ ਹਰ ਚੀਜ਼ ਐ ਹੀ ਪੂਰੀ ਕਰਦੀ ਏ ਇੱਕ ਪੀਸੀ ਯਾਰ ਅਗਰ ਕਿਸੇ ਦੋਸਤ ਦੀ ਸਮਝ ਆ ਜਾਵੇ ਤੇ ਯਾਰ ਇਹਨੂੰ ਪਲੇ ਕਰਨਾ ਹੈ ਅਦਰਵਾਇਜ਼ ਇਗਨੋਰ ਕਰ ਦੇਣਾ ਹੈ ਛੋੜ ਦੇਣਾ ਹੈ ਮੇਰਾ ਕੰਮ ਸੀ ਰੂਟ ਦੇ ਮੁਤਾਬਕ ਜੋ ਚੀਜ਼ ਨਿਕਲੀ ਹੈ ਆਪਣੇ ਦੋਸਤਾਂ ਦੇ ਸਾਹਮਣੇ ਰੱਖ ਦਿੱਤੀ ਹੈ ਉਮੀਦ ਹੈ ਮੇਰੇ ਦੋਸਤਾਂ ਨੂੰ ਸੈੱਟ ਵੀ ਅੱਛਾ ਲੱਗਿਆ ਹੋਵੇਗਾ ਪਸੰਦ ਆਇਆ ਹੋਵੇਗਾ ਇਨਸ਼ਾਅੱਲਾ ਅਗਲੀ ਵੀਡੀਓ ਬੜੀ ਪਿਆਰੀ ਬਹੁਤ ਹੀ ਜ਼ਬਰਦਸਤ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਉਹਨਾਂ ਤੱਕ ਇਜਾਜ਼ਤ ਦਿਓ ਅੱਲਾ ਹਾਫਿਜ਼